ਅਸੀਂ ਅੱਜ ਦੇ ਵਚਨ ਦਾ ਪ੍ਰਭੂ ਯਿਸੂ ਮਸੀਹ ਦਾ ਹੱਥਾਂ ਨੂੰ ਤਾੜੀ ਮਾਰ ਕੇ ਸੁਣ ਅਸੀਂ ਬੀਤੇ ਦਿਨਾਂ ਤੋਂ ਸਿੱਖਦੇ ਆ ਰਹੇ ਹਾਂ ਫਲਾਂ ਦੇ ਬਾਰੇ ਕਿ ਪਹਿਲਾ ਫਲ ਆ ਪ੍ਰੇਮ, ਦੂਸਰਾ ਆਨੰਦ, ਤੀਸਰਾ ਸ਼ਾਂਤੀ, ਚੌਥਾ ਧੀਰਜ ਔਰ ਪੰਜਵਾਂ ਦਿਆਲੂ। ਹਾਲੇਲੂਇਆ। ਆਈਏ ਵਚਨ ਦੇ ਵਿੱਚ ਜਾਵਾਂਗੇ, ਇਫਸੀਆਂ ਦੀ ਕਿਤਾਬ 4 ਬਾਪ ਦੀ 32 ਆਇਤ ਪੜਾਂਗੇ। ਇਫਸੀਆਂ ਦੀ ਕਿਤਾਬ 4 ਬਾਪ ਦੀ 32 ਆਇਤ ਪੜਾਂਗੇ। ਅਤੇ ਤੁਸੀਂ ਇੱਕ ਦੂਜੇ ਉੱਤੇ ਕਿਰਪਾਵਾਨ ਅਤੇ ਤਰਸਾਨ ਹੋਵੋ ਅਤੇ ਇੱਕ ਦੂਜੇ ਨੂੰ ਮਾਫ ਕਰੋ ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ। ਦਿਆਲਗੀ ਦਾ ਮਤਲਬ ਹੈ ਦਇਆ ਕਰਨਾ। ਕੀ ਕਰਨਾ? ਦਇਆ ਕਰਨਾ। ਪੰਜਵੇਂ ਫਲ ਦੇ ਵਿੱਚ ਪਰਮੇਸ਼ਰ ਸਾਡੇ ਸੁਭਾਅ ਦੇ ਬਾਰੇ ਦੱਸ ਰਿਹਾ ਹੈ ਕਿ ਇੱਕ ਮਨੁੱਖ ਦਾ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਉਹ ਦੇਖਣ ਵਿੱਚ ਦੂਸਰਿਆਂ ਨੂੰ ਕਈ ਵਾਰ ਜਦੋਂ ਬਾਹਰ ਜਾਂਦੇ ਨੇ ਕਈਆਂ ਦਾ ਬਾਹਰ ਜਿਹੜਾ ਜੀਵਨ ਆ ਉਹ ਕਿਸ ਤਰ੍ਹਾਂ ਦਾ ਹੁੰਦਾ। ਬਾਹਰ ਬੜੇ ਮਿੱਠੇ ਮਿੱਠੇ ਪਿਆਰੇ ਪਿਆਰੇ ਸ਼ਬਦਾਂ ਦੇ ਨਾਲ ਬੋਲਦੇ ਹਨ ਪਰ ਬਾਹਰ ਉਹ ਦੂਤ ਹੁੰਦੇ ਨੇ ਤੇ ਘਰ ਆਣ ਕੇ ਭੂਤ ਹੋ ਜਾਂਦੇ ਨੇ, ਘਰ ਲੜਨਾ ਸ਼ੁਰੂ ਕਰ ਦਿੰਦੇ ਨੇ। ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਪਰਮੇਸ਼ਰ ਦਾ ਕਲਾਮ ਕਹਿ ਰਿਹਾ ਸੰਤ ਪੌਲਸ ਦੇ ਰਾਹੀਂ ਕਿ ਤੁਹਾਡਾ ਸੁਭਾਅ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਤੁਹਾਡਾ ਸੁਭਾਅ ਲੜਾਈ ਕਰਨਾ ਨਹੀਂ ਹੋਣਾ ਚਾਹੀਦਾ। ਤੁਹਾਡਾ ਸੁਭਾਅ ਇੱਕ ਦੂਜੇ ਉੱਤੇ ਕਿਰਪਾ ਕਰਨ ਵਾਲਾ ਹੋਣਾ ਚਾਹੀਦਾ, ਤਰਸਮਾਨ ਹੋਣਾ ਚਾਹੀਦਾ ਔਰ ਇੱਕ ਦੂਸਰੇ ਨੂੰ ਮਾਫ ਕਰਨ ਵਾਲਾ ਹੋਣਾ ਚਾਹੀਦਾ ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ। ਅੱਜ ਅਸੀਂ ਮਾਫ ਨਹੀਂ ਕਰਦੇ। ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਅਗਰ ਤੂੰ ਧਰਤੀ ਤੇ ਕਿਸੇ ਨੂੰ ਮਾਫ ਕਰੇਗਾ ਤੇ ਮੇਰਾ ਪਿਤਾ ਜਿਹੜਾ ਵਾ ਸਵਰਗ ਵਿੱਚ ਤੈਨੂੰ ਕੀ ਕਰੇਗਾ? ਮਾਫ ਕਰੇਗਾ। ਅਗਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਡਾ ਸੁਭਾਅ ਹੀ ਨਹੀਂ ਚੇਂਜ ਹੋਇਆ, ਤੁਸੀਂ ਤੋਬਾ ਕੀਤੀ, ਬਪਤਿਸਮਾ ਲਿਆ, ਅਜੇ ਵੀ ਤੁਸੀਂ ਗੁੱਸੇ ਵਿੱਚ ਰਹਿੰਦੇ ਹੋ, ਇੱਕ ਦੂਸਰੇ ਦੇ ਨਾਲ ਬੋਲਦੇ ਨੇ ਹੋ, ਇੱਕ ਦੂਸਰੇ ਨੂੰ ਦੇਖ ਕੇ ਤੁਸੀਂ ਖੁਸ਼ ਨਹੀਂ ਹੁੰਦੇ। ਮੈਂ ਦੂਸਰਾ ਫਲ ਦੱਸਿਆ ਸੀ ਆਨੰਦ, ਯਾਨੀ ਕਿ ਖੁਸ਼ ਰਹਿਣਾ ਹਰ ਸਥਿਤੀ ਵਿੱਚ, ਹਰ ਹਾਲਾਤ ਵਿੱਚ, ਹਰ ਕੰਡੀਸ਼ਨ ਦੇ ਵਿੱਚ ਖੁਸ਼ ਰਹਿਣਾ, ਗਰੀਬੀ ਚ ਖੁਸ਼ ਰਹਿਣਾ, ਬਿਮਾਰੀ ਵਿੱਚ ਖੁਸ਼ ਰਹਿਣਾ,
ਹਰ ਇੱਕ ਮੁਸ਼ਕਿਲ ਪਰੇਸ਼ਾਨੀ ਦੇ ਵਿੱਚ ਖੁਸ਼ ਰਹਿਣਾ। ਔਰ ਪਰਮੇਸ਼ਵਰ ਦਾ ਕਲਾਮ ਕਹਿ ਰਿਹਾ ਕਿਰਪਾ ਕਰਨੀ ਆ। ਮੈਂ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਦਾ, ਪੜਾਂਗੇ ਮੱਤੀ ਦੇ ਅੰਜੀਲ 18 ਬਾਪ ਉਹਦੀ 21 ਆ ਕੇ ਪੜਾਂਗੇ। ਤਦ ਪਤਰਸ ਨੇ ਕੋਲ ਆਣ ਕੇ ਉਹਨੂੰ ਆਖਿਆ ਔਰ ਤਦ ਪਤਰਸ ਨੇ ਯਿਸੂ ਮਸੀਹ ਦੇ ਕੋਲ ਆਣ ਕੇ ਉਹਨੂੰ ਆਖਿਆ, ਪ੍ਰਭੂ ਜੀ ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹਨੂੰ ਮਾਫ ਕਰਾਂ। ਔਰ ਕਲਾਮ ਦੇ ਵਿੱਚ ਲਿਖਿਆ ਪਤਰਸ ਕਹਿ ਰਿਹਾ ਕਿ ਮੇਰਾ ਜਿਹੜਾ ਭਰਾ ਵਾ ਉਹ ਕਿੰਨੀ ਵਾਰੀ ਪਾਪ ਕਰੇ ਤੇ ਮੈਂ ਉਹਨੂੰ ਮਾਫ ਕਰਾਂ। ਇਹਨੂੰ ਪੁੱਛ ਰਿਹਾ ਪ੍ਰਭੂ ਯਿਸੂ ਮਸੀਹ ਨੂੰ ਪੁੱਛ ਰਿਹਾ ਕਿ ਮੇਰਾ ਜਿਹੜਾ ਭਰਾ ਵਾ ਅਗਰ ਉਹ ਕੋਈ ਗਲਤੀ ਕਰਦਾ ਝਗੜਾ ਕਰਦਾ ਜਾਂ ਕੋਈ ਪਾਪ ਕਰਦਾ ਤੇ ਮੈਂ ਉਹਨੂੰ ਉਹਦੇ ਨਾਲ ਕੀ ਕਰਾਂ, ਕਿਸ ਤਰ੍ਹਾਂ ਦਾ ਮੈਂ ਉਹਦੇ ਨਾਲ ਵਰਤਾਵਾ ਕਰਾਂ, ਮੇਰਾ ਬੋਲਣਾ ਚੱਲਣਾ ਉਹਦੇ ਨਾਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਮੈਂ ਉਹਦੀਆਂ ਗਲਤੀਆਂ ਨੂੰ ਮਾਫ਼ ਕਰਾਂ ਜਾਂ ਨਾ ਕਰਾਂ। ਪੜਾਂਗੇ ਯਿਸੂ ਨੇ ਉਹਨੂੰ ਕਿਹਾ, ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਉਂਦਾ ਪਰ 70 ਦੇ 7 ਗੁਣਾ ਤੀਕਰ, ਇਸ ਲਈ ਸਵਰਗ ਦਾ ਰਾਜ ਇੱਕ ਰਾਜਾ ਵਰਗਾ ਹੈ। ਹਾਲੇਲੂਇਆ। ਪਰਮੇਸ਼ਰ ਦੇ ਕਲਾਮ ਦੇ ਵਿੱਚ ਯਿਸੂ ਮਸੀਹ ਕਹਿ ਰਿਹਾ ਵਾ ਕਿ ਮੈਂ ਤੈਨੂੰ ਆਖਦਾ ਵਾ ਕਿੰਨੀ ਵਾਰੀ ਮਾਫ ਕਰਨਾ ਵਾ। ਅੱਜ ਘਰ ਦੇ ਵਿੱਚ ਝਗੜਾ ਹੋ ਜਾਏ ਤੇ ਬੱਚੇ ਇੱਕ ਦੂਸਰੇ ਨੂੰ ਮਾਫ ਨਹੀਂ ਕਰਦੇ, ਪਤੀ ਪਤਨੀ ਚ ਝਗੜਾ ਹੋ ਜਾਏ ਤੇ ਉਹ ਇੱਕ ਦੂਸਰੇ ਨੂੰ ਦੇਖਣਾ ਪਸੰਦ ਨਹੀਂ ਕਰਦੇ, ਘਰ ਸੜ ਜਾਣਗੇ, ਬੋਲਣਾ ਚਾਲਣਾ ਬੰਦ ਕਰ ਦੇਣਗੇ। ਪਰ ਪਰਮੇਸ਼ਰ ਦਾ ਕਲਾਮ ਕਹਿ ਰਿਹਾ ਅਗਰ ਤੂੰ ਪਰਮੇਸ਼ਰ ਦੇ ਵਿੱਚ ਬਲੈਸ ਹੋਣਾ ਚਾਹੁੰਦਾ, ਆਸੀਸ ਹੋਣਾ ਚਾਹੁੰਦਾ ਔਰ ਪਰਮੇਸ਼ਰ ਦੇ ਨਾਲ ਆਪਣਾ ਰਿਲੇਸ਼ਨ ਬਣਾਉਣਾ ਚਾਹੁੰਦਾ, ਤੈਨੂੰ ਕੀ ਕਰਨੇ ਪੈਣੇ ਆ, ਆਪਣੇ ਵੈਰੀ ਨੂੰ ਮਾਫ਼ ਕਰਨਾ ਪੈਣਾ, ਜਿਹੜਾ ਤੇਰੇ ਨਾਲ ਨਫ਼ਰਤ ਕਰਦਾ ਜਿਹੜਾ ਤੈਨੂੰ ਚੰਗਾ ਨਹੀਂ ਸਮਝਦਾ ਉਹਨੂੰ ਮਾਫ਼ ਕਰਨਾ ਪੈਣਾ। ਔਰ ਕਹਿ ਰਿਹਾ ਇੱਕ ਵਾਰੀ ਨਹੀਂ ਕਰਨਾ, 70 ਵਾਰੀ ਨਹੀਂ ਮਾਫ਼ ਕਰਨਾ, 7 ਗੁਣਾ ਮਾਫ਼ ਕਰਨਾ ਉਹਨੂੰ। ਜਿੰਨੀ ਵਾਰੀ ਗਲਤੀ ਕਰਦਾ ਉਹਨੂੰ ਮਾਫ਼ ਕਰਨਾ, ਉਹਨੂੰ ਮੌਕਾ ਦੇਣਾ ਵਾ ਉਹਦੇ ਨਾਲ ਫਿਰ ਆਪਣਾ ਰਿਲੇਸ਼ਨ ਬਣਾਉਣਾ, ਰਿਸ਼ਤਾ ਬਣਾਉਣਾ ਵਾ, ਕਿਤੇ ਉਹ ਪਾਪ ਦੇ ਵਿੱਚ ਨਾ ਡਿੱਗਦੇ, ਕਿਤੇ ਉਹ ਪਰਮੇਸ਼ਰ ਤੋਂ ਨਾ ਦੂਰ ਹੋ ਜਾਏ। ਔਰ ਕਲਾਮ ਦੇ ਵਿੱਚ ਲਿਖਿਆ ਹਾਏ ਜਿਹਦੇ ਕਾਨ ਠੋਕਰ ਲੱਗਦੀ ਹੈ, ਜਿਹਦੇ ਨਾਲ ਕੀ ਲੱਗਦੀ ਆ, ਜਿਹਦੇ ਕਾਨ ਠੋਕਰ ਲੱਗਦੀ, ਤੁਹਾਡੇ ਗਲਤ ਬੋਲਣ ਨਾਲ ਕੋਈ ਪਰਮੇਸ਼ਰ ਤੋਂ ਨਾ ਟੁੱਟ ਜਾਏ, ਕੋਈ ਪਰਮੇਸ਼ਰ ਤੋਂ ਦੂਰ ਨਾ ਹੋ ਜਾਏ, ਤੁਹਾਡੇ ਗਲਤ ਬੋਲਣ ਨਾਲ ਕਿਸੇ ਨੂੰ ਠੋਕਰ ਨਾ ਲੱਗ ਜਾਏ, ਉਹ ਪਰਮੇਸ਼ਰ ਦੇ ਰਾਜ ਤੋਂ ਨਾ ਰਹਿ ਜਾਏ। ਔਰ ਤਾਂ ਹੀ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਕਿ ਤੂੰ ਆਪਣੇ ਭਰਾ ਨੂੰ ਕਿੰਨੀ ਵਾਰੀ ਮਾਫ਼ ਕਰ, 70 ਦੇ 7 ਗੁਣਾ, ਕਹਿੰਦਾ ਉਹਨੂੰ ਮਾਫ਼ ਕਰਨਾ। ਅੱਗੇ ਪੜਾਂਗੇ ਅਤੇ ਆਹ ਹਿਸਾਬ ਲੈਣ ਲੱਗਾ ਤਾਂ 10,000 ਤੋੜੇ ਦੇ ਇੱਕ ਸਰਦਾਰੀ ਨੇ ਉਹਦੇ ਕੋਲ ਲਿਆਏ। ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਇੱਕ ਮਾਲਕ ਦੇ ਦੋ ਕਰਜ਼
ਜਾਏ ਸਨ। ਕਿੰਨਾ ਕਰਜ਼ਾ ਦੇਣਾ ਸੀ ਪਹਿਲੇ ਨੇ? 10,000। ਕਿੰਨੇ? 10,000 ਤੋੜੇ। 10,000 ਤੋੜੇ ਨੇ ਦੇਣੇ ਸੀ। ਔਰ ਕਲਾਮ ਦੇ ਵਿੱਚ ਲਿਖਿਆ ਕਿ ਉਹ ਕਹਿ ਰਿਹਾ ਕਿ ਮੈਂ ਕਈ ਮੇਰੇ ਕੋਲ ਚੁੱਕੀ ਨੀ ਜਾਣੀ, ਦਿਹਾੜੀ ਮੇਰੇ ਕੋਲ ਕੀਤੀ ਨੀ ਜਾਣੀ, ਔਰ ਮੈਂ ਕੀ ਕਰਾਂਗਾ? ਜਿਹੜਾ ਮੇਰਾ ਮਾਲਕ ਆ ਉਹ ਦਇਆਵਾਨ ਆ, ਉਹ ਦਿਆਲੂ ਆ, ਉਹ ਤਰਸ ਕਰਨ ਵਾਲਾ ਵਾ। ਅਗਰ ਤੁਸੀਂ ਆਪਣੇ ਮਾਤਾ ਪਿਤਾ ਨਾਲ ਨਿਰਾਸ਼ ਹੋ ਤੇ ਮਾਂ ਪਿਓ ਤੁਹਾਨੂੰ ਘਰ ਚ ਬੁਲਾਏਗਾ, ਉਹ ਤੁਹਾਨੂੰ ਮਾਫ਼ ਕਰੇਗਾ। ਇਸੇ ਤਰ੍ਹਾਂ ਜਦੋਂ ਕੋਈ ਮਨੁੱਖ ਪਰਮੇਸ਼ੁਰ ਦੇ ਅੱਗੇ ਪਾਪ ਕਰਦਾ, ਕੋਈ ਗੁਨਾਹ ਕਰਦਾ, ਤਾਂ ਪਰਮੇਸ਼ੁਰ ਨੂੰ ਮਾਫ਼ ਕਰਦਾ ਵਾ, ਉਹਨੂੰ ਮੌਕਾ ਦਿੰਦਾ ਵਾ ਕਿ ਉਹ ਉੱਠੇ ਔਰ ਸਵਰਗ ਰਾਜ ਦਾ ਅਧਿਕਾਰੀ ਬਣੇ, ਪਾਪ ਦੇ ਵਿੱਚ ਨਾ ਜਾਏ, ਨਰਕ ਦੇ ਵਿੱਚ ਨਾ ਜਾਏ। ਪੜਾਂਗੇ ਅੱਗੇ। ਪਰ ਜਦੋਂ ਉਹਦੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹਦੇ ਮਾਲਕ ਨੇ ਹੁਕਮ ਦਿੱਤਾ, ਜੋ ਉਹਦੀ ਤੀਵੀ ਅਤੇ ਉਹਦੇ ਬਾਗ ਵਿੱਚ ਸਭ ਕੁਝ ਜੋ ਆਉਂਦਾ ਹੈ ਵੇਚਿਆ ਜਾਵੇ ਅਤੇ ਕਰਜ਼ਾ ਪਾ ਲਿਆ ਜਾਵੇ। ਹਾਲੇਲੂਇਆ। ਔਰ ਪਰਮੇਸ਼ਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਮਾਲਕ ਨੇ ਦੇਖਿਆ ਕਿ ਉਹਦੇ ਕੋਲ ਦੇਣ ਨੂੰ ਕੁਝ ਨਹੀਂ ਆ, ਔਰ ਉਹਨੇ ਕਿਹਾ ਕਿ ਉਹਨੂੰ ਉਸ ਨੌਕਰ ਨੂੰ ਫੜਿਆ ਜਾਏ ਔਰ ਉਹਦੇ ਬੱਚਿਆਂ ਨੂੰ, ਉਹਦੀ ਪਤਨੀ ਨੂੰ ਕੀ ਕੀਤਾ ਜਾਏ, ਫੜ ਕੇ ਲਿਆਇਆ ਜਾਏ ਔਰ ਉਹਨਾਂ ਨੂੰ ਕੈਦ ਕੀਤਾ ਜਾਏ। ਪੜਾਂਗੇ ਅੱਗੇ। ਤਦ ਉਸ ਨੌਕਰ ਨੇ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਕਿਹਾ, ਸਵਾਮੀ ਜੀ ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ਼ ਪਾ ਦਿਆਂਗਾ। ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨੂੰ ਛੱਡ ਦਿੱਤਾ ਤੇ ਕਰਜ਼ ਵੀ ਉਹਨੂੰ ਬਖਸ਼ ਦਿੱਤਾ। ਹਾਲੇਲੂਇਆ। ਔਰ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਉਸ ਨੌਕਰ ਨੇ ਕੀ ਕੀਤਾ, ਆਪਣੇ ਮਾਲਕ ਦੇ ਪੈਰਾਂ ਨੂੰ ਫੜ ਲਿਆ ਔਰ ਉਹਨੂੰ ਕਿਹਾ ਕਿ ਮੇਰੇ ਤੇ ਕੀ ਕਰੋ, ਦਇਆ ਕਰੋ, ਮੈਂ ਤੁਹਾਡਾ ਇਹ ਕਰਜ਼ਾ ਦੇ ਨਹੀਂ ਸਕਦਾ, ਤੁਸੀਂ ਮੇਰੇ ਕਰਜ਼ੇ ਨੂੰ ਕੀ ਕਰ ਦਿਓ, ਮਾਫ਼ ਕਰ ਦਿਓ। ਔਰ ਉਹ ਮਾਲਕ ਤਰਸ ਦੇ ਨਾਲ ਭਰ ਗਿਆ ਔਰ ਉਹਦਾ ਜਿਹੜਾ ਕਰਜ਼ਾ ਸੀ ਉਹਨੇ ਕੀ ਕਰ ਦਿੱਤਾ, ਮਾਫ਼ ਕਰ ਦਿੱਤਾ। ਪਰਮੇਸ਼ੁਰ ਮਾਫ਼ ਕਰਨ ਵਾਲਾ ਪਰਮੇਸ਼ੁਰ ਆ, ਉਹ ਦਇਆ ਕਰਨ ਵਾਲਾ ਪਰਮੇਸ਼ੁਰ ਆ, ਤਰਸ ਕਰਨ ਵਾਲਾ ਪਰਮੇਸ਼ੁਰ ਆ। ਅਗਰ ਉਹ ਪਰਮੇਸ਼ੁਰ ਮਾਫ਼ ਕਰਨ ਵਾਲਾ ਪਰਮੇਸ਼ੁਰ ਆ ਤੇ ਅਸੀਂ ਉਹਦੇ ਬੇਟੇ ਬੇਟੀਆਂ ਵਾਂ, ਕਿ ਸਾਡੇ ਅੰਦਰ ਉਹ ਫਲ ਨਹੀਂ ਹੋਣਾ ਚਾਹੀਦਾ ਮਾਫ਼ ਕਰਨ ਵਾਲਾ, ਕਿ ਸਾਡੇ ਅੰਦਰ ਉਹ ਗੁਣ ਨਹੀਂ ਹੋਣੇ ਚਾਹੀਦੇ, ਨਾ ਉਹ ਫਲ ਨੇ। ਅਗਰ ਇਹ ਫਲ ਸਾਡੀ ਜ਼ਿੰਦਗੀ ਵਿੱਚ ਹੋਏਗਾ ਕਿ ਅਸੀਂ ਮਾਫ਼ ਕਰਨਾ, ਕਿਰਪਾ ਕਰਨੀ ਆ, ਤਰਸਮਾਨ ਬਣਨਾ, ਇਹ ਫਲ ਤੁਹਾਡੀ ਜ਼ਿੰਦਗੀ ਵਿੱਚ ਕੀ ਹੋਏਗਾ, ਤੁਹਾਨੂੰ ਆਸਿਸ ਕਰੇਗਾ, ਵਧਾਏਗਾ ਤੁਹਾਨੂੰ। ਪੜਾਂਗੇ ਅੱਗੇ। ਜਾ ਉਹ ਨੌਕਰ ਬਾਹਰ ਨਿਕਲਿਆ ਤਾਂ ਉਹਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਉਹਨੂੰ ਲੱਭ ਪਿਆ ਜਿਸ ਤੋਂ ਉਹਨੇ 50 ਰੁਪਏ ਲੈਣੇ ਸਨ ਅਤੇ ਉਸ ਉੱਤੇ ਹੱਥ ਪਾ ਕੇ ਸਮਝੋ ਫੜ ਲਿਆ ਅਤੇ ਆਖਿਆ, ਜੋ ਮੇਰਾ ਨਿਕਲਦਾ ਹੈ ਸੋ ਦੇ। ਹਾਲੇਲੂਇਆ। ਔਰ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਲਿਖਿਆ ਕਿ ਉਹਨਾਂ ਵਿੱਚੋਂ ਹੀ ਉਹ
ਉਹਦੇ ਕੋਲ ਛੋਟੀ ਪੋਸਟ ਦਾ ਇੱਕ ਨੌਕਰ ਸੀ ਔਰ ਉਹਨੇ ਉਹਦੇ ਕੋਲ ਕੀ ਲੈਣੇ ਸੀ 50 ਰੁਪਏ ਪਰ ਉਹਨੇ ਕੀ ਕੀਤਾ ਉਹ ਗੁੱਸੇ ਚ ਆਇਆ ਔਰ ਉਸ ਨੌਕਰ ਦੇ ਕੋਲੋਂ ਜਿਹਦੇ ਕੋਲ 50 ਰੁਪਏ ਲੈਣੇ ਸਨ ਉਹਨੂੰ ਗਲੋਂ ਫੜ ਲਿਆ ਔਰ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਔਰ ਉਹਨੇ ਹੱਥ ਪੱਲਾ ਜੋੜਿਆ ਕਿ ਮੇਰੇ ਤੇ ਤਰਸ ਕਰੋ ਮੇਰੇ ਤੇ ਦਇਆ ਕਰੋ ਮੈਂ ਤੁਹਾਡੇ 50 ਰੁਪਏ ਨਹੀਂ ਦੇ ਸਕਦਾ ਪਰ ਉਹਨੇ ਉਹਦੀ ਇੱਕ ਨਹੀਂ ਸੁਣੀ ਵੇਖੋ ਜਿਹਦੇ 10,000 ਮਾਫ਼ ਹੋਏ ਕਿ ਉਹਨੂੰ ਕਰਨਾ ਚਾਹੀਦਾ ਸੀ ਮਾਫ਼ ਕਰਨਾ ਚਾਹੀਦਾ ਸੀ ਕਿ ਨਹੀਂ ਪਰ ਉਹਨੇ ਉਲਟਾ ਕੀ ਕੀਤਾ ਜਦੋਂ ਉਹਦੇ ਮਾਫ਼ ਹੋਏ ਔਰ ਨਿਕਲਿਆ ਔਰ ਦੇਖਿਆ ਕਿ ਮੈਂ ਤੇਰੇ ਕੋਲ 50 ਲੈਣੇ ਨੇ ਮੈਂ ਉਸ ਕੋਲ ਲਵਾਂ ਔਰ ਉਹਦੇ ਨਾਲ ਕੀ ਕੀਤੀ ਜ਼ੋਰ ਜ਼ਬਰਦਸਤੀ ਕੀਤੀ ਉਹਦੇ ਨਾਲ ਲੜਾਈ ਝਗੜਾ ਕੀਤਾ ਉਹਨੂੰ ਕੁੱਟਣਾ ਮਾਰਨਾ ਸ਼ੁਰੂ ਕੀਤਾ ਔਰ ਉਹਨੂੰ ਕਿਹਾ ਕਿ ਮੇਰੇ 50 ਰੁਪਏ ਦੇ ਨਹੀਂ ਤੇ ਮੈਂ ਤੈਨੂੰ ਉਹਨਾਂ ਚਿਰ ਛੱਡਣਾ ਆ ਹਾਲੇਲੂਇਆ ਉਹਨੇ ਬਥੇਰੇ ਹੱਥ ਪੱਲਾ ਜੋੜਿਆ ਕਿ ਮੇਰੇ ਤੇ ਦਇਆ ਕਰ ਮੇਰੇ ਤੇ ਕਿਰਪਾ ਕਰ ਮੈਂ ਤੇਰਾ ਇਹ ਕਰਜ਼ਾ ਦੇ ਨਹੀਂ ਸਕਦਾ ਪਰ ਜੇ ਸਮੇਂ ਉਹ ਆਪਣੇ ਸੁਭਾਅ ਦੇ ਕਾਰਨ ਆਪਣੇ ਗੁੱਸੇ ਵਾਲੇ ਸੁਭਾਅ ਦੇ ਕਾਰਨ ਆਪਣੀ ਨਫ਼ਰਤ ਦੇ ਕਾਰਨ ਜਦੋਂ ਇਹ ਕਰ ਰਿਹਾ ਸੀ ਤਾਂ ਉੱਥੇ ਜਿਹੜੇ ਨੌਕਰ ਸਨ ਉਹਨਾਂ ਨੇ ਦੇਖਿਆ ਕਿ ਇਹਦੇ 10,000 ਮਾਫ਼ ਹੋਏ ਨੇ ਇਹ 50 ਨਹੀਂ ਮਾਫ਼ ਕਰ ਸਕਿਆ ਔਰ ਉਹ ਗਏ ਰਾਜਾ ਕੋਲ ਕਿ ਹੇ ਰਾਜਾ ਜਿਹਦੇ ਤੂੰ ਤਰਸ ਕੀਤਾ ਵਾ ਉਹ ਤੇ ਇਸ ਤਰ੍ਹਾਂ ਦਾ ਮਨੁੱਖ ਆ ਉਹ ਤੇ ਤਰਸ ਦੇ ਯੋਗ ਹੀ ਨਹੀਂ ਆ ਉਹ ਲਾਇਕ ਨਹੀਂ ਇਸ ਕਿ ਤੁਸੀਂ ਉਹਨੂੰ ਮਾਫ਼ ਕਰ ਸਕੋ ਔਰ ਰਾਜੇ ਨੇ ਹੁਕਮ ਕੀਤਾ ਕਿ ਜਾਓ ਉਹਨੂੰ ਫੜ ਕੇ ਲਿਆਓ ਪੜਾਂਗੇ ਅੱਗੇ ਪਰ ਉਹਨੇ ਨਾ ਮੰਨਿਆ ਸਗੋਂ ਜਾ ਕੇ ਉਸ ਕੈਦ ਵਿੱਚ ਪਾ ਦਿੱਤਾ ਜਿੰਨਾ ਚਿਰ ਕਰਜ਼ ਨਾ ਭਰਦੇ ਨੇ ਪਰ ਜਾਂ ਉਹਦੇ ਨਾਲ ਦੇ ਨੌਕਰ ਨੇ ਇਹ ਗੱਲਾਂ ਬਿਠਾ ਤਾਂ ਵੱਡੇ ਉਦਾਸ ਹੋਏ ਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ ਤਦ ਉਹਦੇ ਮਾਲਕ ਨੇ ਉਹਨੂੰ ਆਪਣੇ ਕੋਲ ਸੱਦ ਕੇ ਕਿਹਾ ਓਏ ਦੁਸ਼ਟ ਨੌਕਰ ਮੈਂ ਤੈਨੂੰ ਉਹ ਸਾਰਾ ਕਰਜ਼ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ ਫਿਰ ਜਿਹੀ ਮੈਂ ਤੇਰੇ ਉੱਤੇ ਦਇਆ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤੇਹੀ ਦਿਆ ਕਦੇ ਨਹੀਂ ਸੀ ਚਾਹੀਦੀ ਹਾਲੇਲੂਇਆ ਉਹਨੇ ਕੀ ਕੀਤਾ ਉਸ ਨੌਕਰ ਨੂੰ ਕੁੱਟ ਕੇ ਮਾਰ ਕੇ ਕੈਦ ਵਿੱਚ ਪਾ ਦਿੱਤਾ ਔਰ ਜਿਸ ਸਮੇਂ ਹੋਰ ਨੌਕਰਾਂ ਨੇ ਦੇਖਿਆ ਕਿ ਇਹਦੇ 10,000 ਮਾਫ਼ ਹੋਏ ਪਰ ਇਹਨੇ ਮਾਫ਼ ਨਹੀਂ ਕੀਤਾ ਔਰ ਰਾਜੇ ਨੂੰ ਖਬਰ ਕਰ ਦਿੱਤੀ ਕਿ ਜਿਹਨੂੰ ਤੁਸੀਂ ਮਾਫ਼ ਕੀਤਾ ਸੀ ਉਹਨੇ ਇਸ ਤਰੀਕੇ ਨਾਲ ਕੀਤਾ ਔਰ ਰਾਜੇ ਨੇ ਹੁਕਮ ਕੀਤਾ ਕਿ ਉਹਨੂੰ ਫੜ ਕੇ ਲਿਆਓ ਔਰ ਰਾਜੇ ਨੇ ਕਿਹਾ ਕਿ ਦੇਖ ਤੂੰ ਇੰਨਾ ਵੀ ਨਹੀਂ ਕਰ ਸਕਿਆ ਕਿ ਤੇਰੇ 10,000 ਮਾਫ਼ ਹੋਏ ਤੂੰ ਥੋੜਾ ਵੀ ਨਹੀਂ ਮਾਫ਼ ਕਰ ਸਕਿਆ ਉਹਨੇ ਕਿਹਾ ਹੇ ਦੁਸ਼ਟ ਨੌਕਰ ਮੇਰੇ ਤੋਂ ਕੀ ਹੋਗਾ ਤੂੰ ਰੋ ਜਾ ਔਰ ਉਹਨੇ ਹੁਕਮ ਕੀਤਾ ਇਹਨੂੰ ਫੜੋ ਔਰ ਕੈਦ ਵਿੱਚ ਕਰੋ ਅੰਧਕੋਰ ਦੇ ਵਿੱਚ ਸੁੱਟੋ ਜਿੱਥੇ ਰੋਣਾ ਕਰਲਾਣਾ ਉੱਤੇ ਦੰਦਾਂ ਦਾ ਪਿੱਚਣਾ ਹਾਲੇਲੂਇਆ ਪੜਾਂਗੇ ਕਿ ਅਤੇ ਜਿੰਨਾ ਚਿਰ ਸਾਰਾ ਕਰਜ਼ ਭਰ ਨਾ ਦੇਵੇ ਉਹਦੇ ਮਾਲਕ ਨੇ ਕ੍ਰੋਧੀ ਹੋ ਕੇ ਉਹਨੂੰ ਦੁੱਖਦਾਇਕਾਂ ਦੇ ਹਵਾਲੇ ਕੀਤਾ ਇਸ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਹਾਲੇਲੂਇਆ ਔਰ ਉਸ ਮਾਲਕ ਨੇ ਕਿਹਾ ਹੁਕਮ ਦਿੱਤਾ ਕਿ ਇਹਨੂੰ ਫੜ ਕੇ ਕੀ ਕਰੋ ਕੈਦ ਵਿੱਚ ਕਰ ਦਿਓ ਜਿੰਨਾ ਚਿਰ ਆਪਣਾ ਪੂਰਾ ਕਰਜ਼ ਨਾ ਭਰ ਦੇਵੇ ਉਹਨਾਂ ਚਿਰ ਨੂੰ ਨਹੀਂ ਛੱਡਿਆ ਜਾਏਗਾ
ਔਰ ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਕਰੇਗਾ। ਅਗਰ ਤੁਸੀਂ ਕਿਸੇ ਨੂੰ ਮਾਫ ਨਹੀਂ ਕਰੋਗੇ ਤਾਂ ਵੀ ਤੁਹਾਨੂੰ ਮਾਫ ਨਹੀਂ ਕਰੇਗਾ। ਔਰ ਪਰਮੇਸ਼ਰ ਦਾ ਵਚਨ ਅੱਜ ਕਹਿ ਰਿਹਾ ਕਿ ਕੀ ਕਰੋ, ਇੱਕ ਦੂਸਰੇ ਨੂੰ ਕੀ ਕਰੋ, ਕੀ ਕਰੋ, ਤੁਸੀਂ ਇੱਕ ਦੂਜੇ ਉੱਤੇ ਕਿਰਪਾ ਕਰੋ, ਤਰਸਵਾਨ ਹੋਵੋ, ਇੱਕ ਦੂਜੇ ਨੂੰ ਮਾਫ ਕਰੋ, ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ ਕੀਤਾ, ਪ੍ਰਭੂ ਯਿਸੂ ਮਸੀਹ ਨੇ ਵੀ ਮਾਫ ਕੀਤਾ ਤੁਹਾਨੂੰ, ਉਸ ਸਮੇਂ ਦੇ ਲੋਕਾਂ ਨੂੰ ਮਾਫ ਕੀਤਾ ਜਿਹੜੇ ਉਹਦਾ ਜਿਹੜੇ ਉਹਨੂੰ ਠੱਠਾ ਕਰਦੇ ਸਨ, ਜਿਹੜੇ ਉਹਨੂੰ ਮਜ਼ਾਕ ਕਰਦੇ ਸਨ, ਜਿਹੜੇ ਉਹਦੇ ਮੂੰਹ ਤੇ ਥੁੱਕਦੇ ਸਨ, ਜਿਹੜੇ ਉਹਨੂੰ ਚਪੇੜਾ ਮਾਰਦੇ ਸਨ, ਉਸ ਸਮੇਂ ਵੀ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕੀਤਾ, ਮਾਫ ਕਰਤਾ। ਜਦੋਂ ਸਲੀਬ ਦੇ ਉੱਤੇ ਸੀ ਔਰ ਪ੍ਰਭੂ ਯਿਸੂ ਮਸੀਹ ਨੂੰ ਕਹਿ ਰਹੇ ਕਿ ਜਿਸ ਪਰਮੇਸ਼ਰ ਦਾ ਪੁੱਤਰ ਆ ਤੇ ਥੱਲੇ ਉੱਤਰ, ਉਸ ਸਮੇਂ ਜਿਹੜੇ ਡਾਕੂ ਔਰ ਚੋਰ ਸੀ ਉਹ ਵੀ ਕਹਿ ਰਹੇ ਸੀ ਆਪ ਵੀ ਬਚ ਤੇ ਸਾਨੂੰ ਵੀ ਬਚਾ, ਪਰ ਉਹਨੇ ਕਿਹਾ ਕਿ ਹੇ ਪਿਤਾ ਇਹਨਾਂ ਨੂੰ ਮਾਫ ਕਰਦੇ ਕੁਛ ਨਹੀਂ ਜਾਣਦਾ। ਹਾਲੇਲੂਇਆ, ਹਾਲੇਲੂਇਆ, ਪ੍ਰਭੂ ਯਿਸੂ ਮਸੀਹ ਮੈਨੂੰ ਔਰ ਤੁਹਾਨੂੰ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਕਰਨ ਵਾਸਤੇ ਉਸ ਸਲੀਬ ਦੇ ਉੱਤੇ ਚੜਾਉਂਦਾ ਤਾਂ ਕਿ ਤੁਹਾਨੂੰ ਪਾਪਾਂ ਤੋਂ ਕੀ ਮਿਲੇ, ਮਾਫੀ ਮਿਲੇ। ਹਾਲੇਲੂਇਆ, 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 ਹਾਲੇਲੂਇਆ। ਪੜਾਂਗੇ ਬੱਚਿਆਂ ਦੇ ਵਿੱਚੋਂ ਪਹਿਲਾ ਪਤਰਸ 2:3 ਆਇਤ ਪੜਾਂਗੇ। ਜੇਕਰ ਤਾਂ ਤੁਸੀਂ ਸਵਾਦ ਚਾ ਕੇ ਵੇਖਿਆ ਭਈ ਪ੍ਰਭੂ ਕਿਰਪਾਲੂ ਹੈ, ਜਿਹਦੇ ਕੋਲ ਤੁਸੀਂ ਆਏ ਹੋ ਜਾਣੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ। ਹਾਲੇਲੂਇਆ, ਹਾਲੇਲੂਇਆ। ਵੇਖੋ ਤੁਸੀਂ ਸੁਣਿਆ ਵਾ, ਤੁਸੀਂ ਚੱਖਿਆ ਵਾ ਕਿ ਪਰਮੇਸ਼ਰ ਕੀ ਆ, ਕਿਰਪਾਲੂ, ਦਿਆਲੂ ਆ, ਦਿਆ ਕਰਨ ਵਾਲਾ। ਉਹ ਅਮੋਲਕ ਪੱਥਰ ਹੋਇਆ, ਲੋਕਾਂ ਕੋਲੋਂ ਰੱਦਿਆ ਗਿਆ ਔਰ ਪਰਮੇਸ਼ਰ ਦੇ ਭਾਣੇ। ਹਾਂਜੀ ਪੜਾਂਗੇ। ਜਿਹਦੇ ਕੋਲ ਤੁਸੀਂ ਆਏ ਹੋ ਜਾਣੋ ਇੱਕ ਜਿਉਂਦੇ ਪੱਥਰ ਕੋਲ ਜਿਹੜਾ ਮਨੁੱਖਾਂ ਕੋਲੋਂ ਤਾਂ ਰੱਦਿਆ ਗਿਆ ਪ੍ਰੰਤੂ ਪਰਮੇਸ਼ਰ ਦੇ ਭਾਣੇ ਚੁਣਿਆ ਹੋਇਆ ਤੇ ਅਮੋਲਕ ਹੈ। ਹਾਲੇਲੂਇਆ। ਵੇਖੋ ਲੋਕਾਂ ਨੇ ਰੱਦਿਆ ਨੂੰ ਤਾੜਿਆ, ਡਾਂਟਿਆ, ਮਾਰਿਆ, ਸਲੀਬ ਤੇ ਚੜਾਇਆ ਗਿਆ, ਪਰ ਉਹ ਪਰਮੇਸ਼ਰ ਦੇ ਪਾਣੀ ਕੀ ਸੀ, ਅਮੋਲਕ ਸੀ। ਔਰ ਪੜਾਂਗੇ ਵਚਨ ਦੇ ਵਿੱਚੋਂ ਅਸੀਂ ਕੁਰਸੀਆਂ 3:12 ਪੜਾਂਗੇ। ਸੋ ਤੁਸੀਂ ਪਰਮੇਸ਼ਰ ਦੀਆਂ ਚੁਣੀਆਂ ਹੋਈਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦੇ ਲਈ ਤਿਆਰ ਦੀਆਂ। ਹਾਲੇਲੂਇਆ। ਵੇਖੋ ਪਰਮੇਸ਼ਰ ਦਾ ਕਲਾਮ ਕਹਿ ਰਿਹਾ ਕਿ ਤੁਸੀਂ ਪਰਮੇਸ਼ਰ ਦੇ ਚੁਣਿਆ ਹੋਇਆ ਵਾਂਗੂ ਕੀ ਬਣੋ, ਕਿਰਪਾਵਾਨ ਬਣੋ, ਤਰਸਵਾਨ ਬਣੋ।
ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਲੋਕ ਨੇ ਉਹ ਕੀ ਹਨ? ਪਿਆਰ ਦੇ ਨਾਲ ਭਰੇ ਹੋਏ ਨੇ, ਤਰਸ ਦੇ ਨਾਲ ਭਰੇ ਹੋਏ ਨੇ। ਉਹਨਾਂ ਵਾਂਗੂ ਆਪਣਾ ਜੀਵਨ ਬਣਾਓ ਕਿ ਪ੍ਰਭੂ ਮੈਨੂੰ ਚੁਣੋ ਤਾਂ ਕਿ ਮੈਂ ਆਪਣੇ ਵਿਰੋਧੀ ਦੇ ਪਾਪ ਮਾਫ ਕਰ ਸਕਾਂ, ਆਪਣੇ ਵਿਰੋਧੀ ਦੇ ਨਾਲ ਜਿਹੜਾ ਲੜਾਈ ਝਗੜਾ ਕਰਦਾ ਹੈ ਉਹਨੂੰ ਮੈਂ ਮਾਫ ਕਰ ਸਕਾਂ। ਅਗਰ ਤੁਸੀਂ ਮਾਫ ਨਹੀਂ ਕਰੋਗੇ ਤਾਂ ਉਹ ਦੂਰੀ ਜਿਹੜੀ ਖਤਮ ਨਹੀਂ ਹੋਣੀ, ਉਹ ਦੂਰੀ ਵੱਧਦੀ ਜਾਣੀ ਹੈ। ਵੇਖੋ ਪਰਮੇਸ਼ਰ ਤੁਹਾਨੂੰ ਜੋੜਨਾ ਚਾਹੁੰਦਾ, ਮੈਂ ਇੱਕ ਤੁਹਾਨੂੰ ਦ੍ਰਿਸ਼ਟਾਂਤ ਦਿੰਦਾ। ਇੱਕ ਮਨੁੱਖ ਦੇ ਚਾਰ ਪੁੱਤਰ ਸਨ ਔਰ ਉਹਨੇ ਆਪਣੇ ਪੁੱਤਰ ਨੂੰ ਇਕੱਲੀ ਇਕੱਲੀ ਲੱਕੜ ਦਿੱਤੀ ਤੇ ਉਹਨਾਂ ਨੇ ਤੋੜ ਦਿੱਤੀ, ਔਰ ਜਿਸ ਸਮੇਂ ਉਹਨੇ ਮੁੱਠਾ ਦਿੱਤਾ ਪੂਰਾ ਕੋਈ ਵੀ ਤੋੜ ਨਹੀਂ ਪਾਇਆ। ਔਰ ਉਹਨੇ ਸਿਖਾਇਆ ਕਿ ਅਗਰ ਤੁਸੀਂ ਇੱਕ ਹੋ ਕੇ ਚੱਲੋਗੇ ਤੇ ਕੋਈ ਵੀ ਤੁਹਾਨੂੰ ਤੋੜ ਨਹੀਂ ਸਕੇਗਾ। ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਦੇ ਵਿੱਚ ਇੱਕ ਹੋ ਕੇ ਚੱਲਾਂਗੇ ਤੇ ਸ਼ੈਤਾਨ ਸਾਨੂੰ ਤੋੜ ਨਹੀਂ ਸਕੇਗਾ, ਸ਼ੈਤਾਨ ਦੀਆਂ ਯੋਜਨਾ ਸਾਨੂੰ ਗਿਰਾ ਨਹੀਂ ਸਕਣਗੀਆਂ, ਸਾਡੀ ਬਰਕਤ ਨੂੰ ਰੋਕ ਨਹੀਂ ਸਕਣਗੀਆਂ, ਸਾਡੀ ਆਸ਼ੀਸ ਨੂੰ ਰੋਕ ਨਹੀਂ ਸਕਣਗੀਆਂ। ਔਰ ਜੇ ਅਸੀਂ ਇਕੱਲੇ ਇਕੱਲੇ ਇੱਕ ਦੂਸਰੇ ਨਾਲ ਨਿਰਾਸ਼ ਰਹਾਂਗੇ, ਉਖੜੇ ਰਹਾਂਗੇ ਤੇ ਸ਼ੈਤਾਨ ਕੀ ਕਰੇਗਾ? ਦਿਨੋ ਦਿਨ ਤੁਹਾਨੂੰ ਕੀ ਕਰੇਗਾ? ਪਰਮੇਸ਼ਰ ਤੋਂ ਦੂਰ ਕਰੇਗਾ ਔਰ ਤੁਹਾਡੀ ਜ਼ਿੰਦਗੀ ਵਿੱਚ ਨਿਰਾਸ਼ਾ, ਪਾਪ, ਬੁਰਾਈ, ਗੰਦਗੀ ਨੂੰ ਪਾਉਣਾ ਸ਼ੁਰੂ ਕਰੇਗਾ। ਔਰ ਆਈਏ ਆਪਣੇ ਮਨ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਔਰ ਅੱਜ ਇਹ ਫਲ ਜਿਹੜਾ ਪੰਜਵਾਂ ਫਲ ਆ ਦਿਆਲਗੀ, ਦਿਆਵਾਨ ਹੋਣਾ, ਤਰਸਵਾਨ ਹੋਣਾ, ਇਹ ਗੁਣ ਆਪਣੀ ਜ਼ਿੰਦਗੀ ਵਿੱਚ ਲੈਣਾ ਕਿ ਇਹ ਫਲ ਮੇਰੀ ਜ਼ਿੰਦਗੀ ਵਿੱਚ ਆਏ, ਮੇਰੇ ਅੰਦਰ ਤਰਸ ਆਏ, ਪਿਆਰ ਆਏ, ਮਾਫ ਕਰਨ ਵਾਲਾ ਜੀਵਨ ਆਏ, ਲੜਾਈ ਝਗੜਾ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਹੋਏ, ਦੋਸ਼ ਲਾਉਣਾ, ਸ਼ੱਕ ਕਰਨਾ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਹੋਏ।